ਮੋਗਾ ਦੇ ਨਜ਼ਦੀਕੀ ਪਿੰਡ ਡਾਲਾ ਦੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਡਾਲਾ ਦੇ ਅਮਰਜੀਤ ਸਿੰਘ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ, ਜਿਸ ਦੀ ਲਾਸ਼ ਨਾਲ ਲੱਗਦੇ ਪਿੰਡ ਬਹੋਨਾ ਦੀ ਡਰੇਨ ਤੋਂ ਮਿਲੀ ਹੈ। ਮ੍ਰਿਤਕ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਨਸ਼ੇ ਕਰਨ ਦਾ ਆਦੀ ਵੀ ਦੱਸਿਆ ਜਾਂਦਾ ਸੀ। ਥਾਣਾ ਮੈਣਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਭੇਜ ਦਿੱਤਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੈਣਾ ਦੇ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇਗਾ। ਜਾਣਕਾਰੀ ਜਿਹੜੀ ਹੈ ਡੈੱਡ ਬੋਡੀ ਮਿਲੀ ਹੈ, ਕੀ ਕਾਰਨ ਕੀ ਹੈ ਜਾਂਦੀ? ਸੁਬਾਹ ਸਾਨੂੰ ਫੋਨ ਆਇਆ ਕਿ ਇੱਕ ਬੋਨਾ ਪਿੰਡ ਦੀ ਡਰੇਨ 'ਤੇ ਇੱਕ ਨੌਜਵਾਨ ਦੀ ਬੋਡੀ ਪਈ ਹੋਈ ਹੈ ਜੋ ਕਿ ਮ੍ਰਿਤ ਹੈ। ਉੱਥੇ ਸਾਡੇ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਦੇਖਿਆ ਉੱਥੇ ਇੱਕ ਨੌਜਵਾਨ ਜਿਸਦਾ ਨਾਂ ਅਮਰਜੀਤ ਦੱਸਿਆ ਗਿਆ, ਅਮਰਜੀਤ ਸਨ ਆਫ ਜਸਵੀਰ ਸਿੰਘ, ਡਾਲਾ ਦਾ ਵਾਸੀ ਹੈ, ਉਮਰ ਕਰੀਬ ਉਹਦੀ 31 ਸਾਲ ਹੈ। ਅਤੇ ਉਸਨੂੰ ਅਸੀਂ ਹੋਸਪਿਟਲ ਲੈ ਪੁਲਿਸ ਪਾਰਟੀ ਹੋਸਪਿਟਲ ਲੈ ਜਾਊਗਾ। ਉੱਥੇ ਆ ਕੇ ਡਾਕਟਰ ਸਾਹਿਬ ਦੇ ਵਾਲੇ ਮੋਰਚੀ ਲਾ ਦਿੱਤਾ। ਹੁਣ ਅੱਗੇ ਜੋ ਕਾਰਵਾਈ ਹੈ ਉਹਦੀ ਪੋਸਟਮਾਰਟਮ ਹੋਣਾ, ਪੋਸਟਮਾਰਟਮ ਦੇ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਊਗੀ। ਪਰਿਵਾਰ ਨੇ ਦੱਸਿਆ ਜੀ ਵੀ ਮੌਤ ਕਿਸ ਤਰ੍ਹਾਂ? ਪਰਿਵਾਰ ਨੇ ਹਜੇ ਤੱਕ ਕੁਛ ਨਹੀਂ, ਪਰਿਵਾਰ ਨੇ ਸਿਰਫ ਇਹੀ ਦੱਸਿਆ ਸੁਬਾਹ 6:30 ਘਰੋਂ ਗਿਆ ਸੀਗਾ, ਉਸ ਤੋਂ ਬਾਅਦ ਘਰ ਨਹੀਂ ਆਇਆ ਇਹ। ਅਤੇ ਖਬਰ ਆਈ ਉਹਨਾਂ ਨੂੰ ਵੀ ਇੱਥੇ ਤੁਹਾਡਾ ਬੇਟਾ ਵੀ ਉਹਦੀ ਡੈੱਡ ਬੋਡੀ ਪਈ ਹੋਈ ਹੈ। ਅਤੇ ਜਦੋਂ ਅਸੀਂ ਜਾ ਕੇ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ, ਅਸੀਂ ਪਹੁੰਚੇ ਉੱਥੇ ਜਾ ਕੇ ਦੇਖੇ, ਵਾਕਈ ਉੱਥੇ ਮੁੰਡਾ ਸੀਗਾ ਜਿਹੜਾ ਅਮਰਜੀਤ ਸਿੰਘ ਸਨ ਆਫ ਜਸਵੀਰ ਸਿੰਘ, ਉਹਦੀ ਬੋਡੀ ਸੀਗੀ ਸ਼ਨਾਖਤ ਕੀਤੀ ਉਹਦੇ ਪਰਿਵਾਰ ਨੇ ਵੀ ਉੱਥੇ ਜਾ ਕੇ। ਅਤੇ ਉਸ ਤੋਂ ਬਾਅਦ ਹੋਸਪਿਟਲ ਲੈ ਕੇ ਗਏ ਹਾਂ, ਹੋਸਪਿਟਲ 'ਚ ਉੱਥੇ ਡਾਕਟਰ ਨੇ ਡੈੱਡ ਹੀ ਡਿਕਲੇਅਰ ਦੱਸਿਆ ਅਤੇ ਉਹਨਾਂ ਨੇ ਹਵਾਲੇ ਕਰਤੀ ਬੋਡੀ। ਹੁਣ ਜੋ ਅੱਗੇ ਤੱਥ ਸਾਹਮਣੇ ਆਉਣਗੇ ਪੋਸਟਮਾਰਟਮ ਰਿਪੋਰਟ ਦੇ ਉਸਦੇ ਅਕੋਰਡਿੰਗ ਕਰਵਾਈ ਗਈ। ਕੋਈ ਨਸ਼ੇ ਨੁਸ਼ੇ ਦਾ ਵੀ ਲੱਗਾ ਜੀ? ਹਾਲੇ ਫਿਲਹਾਲ ਕੋਈ ਵੀ ਨਸ਼ਾ ਉਹਦੇ ਪਰਿਵਾਰ ਦਾ, ਹਾਲੇ ਜਦੋਂ ਅੱਗੇ ਡਾਕਟਰ ਸਾਹਿਬ ਦੱਸਣਗੇ ਕਿਸ ਦੇ ਆਧਾਰ 'ਤੇ ਮੌਤ ਹੋਈ ਹੈ, ਕੁਛ ਖਾਧਾ ਸੀ ਜਾਂ ਕੁਛ ਵੀ, ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਉਹਦਾ ਪਤਾ ਲੱਗੂਗਾ। ਉਸ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਊ। ਜਦਕਿ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਪਿੰਡ ਦੇ ਹੀ ਦੋ ਨੌਜਵਾਨ ਉਹਨਾਂ ਦੇ ਲੜਕੇ ਨੂੰ ਸਵੇਰੇ 6 ਵਜੇ ਦੇ ਕਰੀਬ ਘਰੋਂ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਉਸ ਲੜਕੇ ਦੀ ਮੌਤ ਹੋ ਗਈ ਹੈ। ਉਸਨੇ ਕਿਹਾ ਕਿ ਮੇਰਾ ਪੁੱਤ ਨਸ਼ੇ ਦਾ ਆਦੀ ਨਹੀਂ ਸੀ। ਅੱਛਾ, ਤੁਹਾਡੇ ਬੇਟੇ ਦੀ ਮੌਤ ਹੋਈ ਹੈ, ਕਿਸ ਤਰ੍ਹਾਂ ਹੋਈ ਹੈ ਜੀ? ਦੋ ਜਣੇ ਵਹਾ ਕੇ ਲੈ ਗਏ ਮੇਰੇ ਮੁੰਡੇ ਨੂੰ, ਕਹਿੰਦੇ ਜੋਤਾਂ ਲਾਉਣ ਜਾਣਾ, ਕਹਿੰਦੇ ਜੋਤਾਂ ਲਾ ਕੇ ਆਉਂਦੇ ਹਾਂ ਅਸੀਂ, ਮੁੜ ਕੇ ਘੰਟੇ ਨੂੰ ਫੋਨ ਆ ਗਿਆ ਵੀ ਉਹਦੀ ਮੌਤ ਹੋ ਗਈ। ਉਹ ਜਿਹੜੇ ਬੰਦੇ ਲੈ ਕੇ ਗਏ ਕੀ ਕੰਮ ਕਰਦੇ ਤੇ? ਉਹ ਚਿੱਟਾ ਵੇਚਦੇ ਆ ਜੀ। ਕਿੱਥੋਂ ਦੇ ਰਹਿਣ ਵਾਲੇ? ਡਾਲੇ ਦੇ ਰਹਿਣ ਵਾਲੇ ਆ ਜੀ। ਤੇ ਤੁਹਾਡੇ ਬੱਚੇ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਜੀ? ਸਾਡਾ ਚਿੱਟਾ ਪਤਾ ਨਹੀਂ ਚਿੱਟਾ ਪਿਆ ਆ, ਖਾਨੀ ਪਿੱਤੇ ਕਿਵੇਂ ਕੀਤਾ ਉਹਨਾਂ ਨੇ, ਕੀ ਵਾ ਕੀ ਕੀਤਾ ਉਹਨਾਂ ਨੇ ਉਹਦੇ ਨਾਲ, ਵਿਚਾਲੇ ਵਾ ਕੇ ਲਿਆ ਗਿਆ, ਧੱਕੇ ਨਾਲ ਲਾ ਕੇ ਲਿਆ ਗਿਆ ਘਰੋਂ। ਅੱਛਾ, ਕਿੰਨੀ ਉਮਰ ਕਿੰਨੀ ਸੀ ਤੁਹਾਡੇ ਬੱਚੇ? ਉਹਦੀ ਸੀ 32 ਸਾਲ ਦੀ। ਕੀ ਨਾਂ ਕੀ ਸੀਗਾ ਜੀ? ਅਮਰਜੀਤ ਸਿੰਘ। ਅੱਛਾ, ਕੋਈ ਵਿਆਹਿਆ ਸੀਗਾ ਜੀ? ਹਾਂਜੀ, ਵਿਆਹ ਬੇਟਾ ਇੱਕ ਛੋਟਾ ਜਿਹਾ। ਅਤੇ ਪਹਿਲਾਂ ਵੀ ਪੀਂਦਾ ਸੀ ਕਿ ਨਹੀਂ? ਨਹੀਂ ਜੀ, ਪਹਿਲਾਂ ਨਹੀਂ ਪੀਂਦਾ ਸੀ। ਅੱਜ ਹੀ ਪੀਤਾ ਸੀ? ਅੱਜ ਹੀ ਪੀਤਾ ਸੀ। ਹੋਰ ਕੌਣ ਕੌਣ ਸੀਗੇ ਉਹਦੇ ਨਾਲ? ਉਹ ਨਾਲ ਉਹੀ ਆ ਦੋ ਦੋ ਜਣੇ ਬਸ। ਜੀ, ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ? ਅਸੀਂ ਮੰਗ ਸਾਫ਼ ਹੋਣਾ ਚਾਹੀਦਾ ਮੇਰੇ ਪੁੱਤ ਨਾਲ, ਧੱਕੇ ਨਾਲ ਲੈ ਕੇ ਗਏ ਘਰੋਂ, ਮੈਨੂੰ ਕਹਿੰਦੇ ਡਰ ਲਾ ਕੇ ਜੋਤਾਂ ਲਾਉਂਦੇ, ਇੱਥੇ ਝੋਨਾ ਲਾਉਂਦੇ ਸੀਗੇ ਸਾਡੇ ਨਾਲ, ਝੋਨਾ ਲਾਉਂਦਾ ਸੀ ਉਹ ਪਹਿਲਾਂ, ਅੱਜ ਧੱਕੇ ਨਾਲ ਕਹਿੰਦੇ ਜੋਤਾਂ ਲਾਉਣ ਜਾਣਾ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਕਬੱਡੀ ਦਾ ਖਿਡਾਰੀ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਨਸ਼ੇ ਦੀ ਲੱਤ ਲੱਗ ਗਈ ਅਤੇ ਅੱਜ ਸਵੇਰੇ ਦੋ ਮੁੰਡੇ ਉਸ ਨੂੰ ਘਰੋਂ ਲੈ ਗਏ ਅਤੇ ਬਾਅਦ ਵਿੱਚ ਪਤਾ ਚੱਲਿਆ ਕਿ ਅਮਰਜੀਤ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਪਿੰਡ ਵਾਸੀਆਂ ਦੁਆਰਾ ਦੱਸਣ 'ਤੇ ਪਤਾ ਚੱਲਿਆ ਕਿ ਮ੍ਰਿਤਕ ਦੇ ਦੋ ਬੱਚੇ ਵੀ ਨੇ। ਜਿਹੜਾ ਨੌਜਵਾਨ ਹੈ ਸਾਡੇ ਪਿੰਡ ਦਾ ਵਧੀਆ ਇੱਕ ਕਬੱਡੀ ਖਿਡਾਰੀ ਸੀ ਇਹ ਮੁੰਡਾ, ਪਤਾ ਨਹੀਂ ਕਦੋਂ ਇਹ ਨਸ਼ਿਆਂ ਦੀ ਮਤਲਬ ਇਸ ਲੱਤ ਦੇ ਨੂੰ ਲੱਗ ਗਈ ਹੈ। ਇਹ ਕੁਛ ਸਮਾਂ ਪਹਿਲਾਂ ਵੀ ਥੋੜ੍ਹਾ ਥੋੜ੍ਹਾ ਨਸ਼ੇ ਦਾ ਆਦੀ ਹੋ ਚੁੱਕਿਆ। ਅੱਜ ਇਹ ਸਵੇਰੇ ਦੂਜੇ ਨਾਲ ਦੇ ਪਿੰਡ ਦੇ ਦੋ ਮੁੰਡਿਆਂ ਦੇ ਨਾਲ ਮੋਟਰਸਾਈਕਲ 'ਤੇ ਉਹਨੂੰ ਮੁੰਡੇ ਨਾਲ ਲੈ ਕੇ ਘਰੋਂ ਬਿਠਾ ਕੇ
ਘਰੇ ਲੈ ਕੇ ਗਏ, ਪਤਾ ਨਹੀਂ ਇਹ ਪਿੰਡੋਂ ਲੈ ਕੇ ਗਏ ਡੋਜ਼ ਜਾਂ ਇਹਨਾਂ ਨੇ ਕਿਤੋਂ ਬਾਹਰੋਂ ਖਰੀਦ ਕੀਤੀ ਹੈ। ਆਪਦੇ ਦੂਜੇ ਭਰਾ ਦੇ ਇਹ 1100 ਰੁਪਈਆ ਘਰੋਂ ਚੋਰੀ ਕਰਕੇ ਲਿਆ ਸੀ, 400-500 ਰੁਪਈਆ ਇਹਨੇ ਖਰਚ ਕੀਤਾ, ਬਾਕੀ 600-700 ਰੁਪਈਆ ਦੇ ਜਦੋਂ ਮਰਿਆ ਇਹਦੇ ਬਟੂਏ 'ਚੋਂ ਮਿਲਿਆ। ਸਾਨੂੰ ਤਾਂ ਇਹਦਾ ਪਤਾ ਲੱਗਾ ਤਕਰੀਬਨ ਸਵੇਰੇ 9 ਵਜੇ 8:30 ਪਤਾ ਲੱਗਾ, ਜਦੋਂ ਆਪਣੇ ਮਹਿਣੇ ਥਾਣੇ ਤੋਂ ਜਿਹੜੇ ASI ਰਘਵਿੰਦਰ ਪ੍ਰਸ਼ਾਦ ਹੈ ਇਹਨਾਂ ਨੇ ਜਾ ਕੇ ਫੋਨ ਕੀਤਾ ਵੀ ਇਸ ਤਰ੍ਹਾਂ ਕਰ, ਤੁਹਾਡੀ ਜੇਬ 'ਚ ਆਧਾਰ ਕਾਰਡ ਮਿਲਿਆ, ਉੱਥੇ ਅਮਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਪਿੰਡ ਡਾਲਾ ਲਿਖਿਆ ਹੋਇਆ। ਚਲੋ ਅਸੀਂ ਮੌਕੇ 'ਤੇ ਪਹੁੰਚਿਆ, ਜਾ ਕੇ ਉਹਦੀ ਦੇਖੀ, ਉਹਦੀ ਸਾਨੂੰ ਪਤਾ ਲੱਗ ਗਿਆ ਵੀ ਇਹ ਕੌਣ ਹੈ। ਫਿਰ ਅਸੀਂ ਉਹਦੀ ਕਾਰਵਾਈ ਕੀਤੀ, ਜਿਹੜੀ ਜੋ ਵੀ ਪੁਲਿਸ ਨੇ ਉਹਨੂੰ ਉੱਥੇ ਮੌਕੇ ਸਿਵਲ ਹਸਪਤਾਲ ਦੇ ਵਿੱਚ ਉਹਨੂੰ ਜਮ੍ਹਾਂ ਕੀਤਾ। ਹੁਣ ਅਸੀਂ ਸਰਕਾਰ ਨੂੰ ਅਤੇ ਪ੍ਰਸ਼ਾਸਨ ਤੋਂ ਪੁਲਿਸ ਤੋਂ ਇਹ ਮੰਗ ਕਰਦੇ ਵੀ ਨਸ਼ੇ ਦੀ ਜਿਹੜੀ ਇਹ ਚੱਲ ਰਹੀ ਹੈ ਹੇਰਾਫੇਰੀ ਜੋ ਵੀ, ਇਹਦਾ ਨਸ਼ੇ ਦਾ ਬੰਦ ਹੋਣਾ ਚਾਹੀਦਾ, ਜਿਹਦੇ ਨਾਲ ਰੋਜ਼ ਰੋਜ਼ ਜਿਹੜੇ ਮਰ ਰਹੇ ਨੌਜਵਾਨ, ਗਰੀਬ ਮਾਪਿਆਂ ਦਾ ਇੱਕ ਪੁੱਤਰ ਹੋਣ ਕਰਕੇ ਘਰ ਦੇ ਵਿੱਚ ਅੱਗੇ ਹੀ ਮਸਾਂ ਜਿਹੜਾ ਗੁਜ਼ਾਰਾ ਚੱਲ ਰਿਹਾ ਸੀ, ਇਹਦੇ ਘਰ ਵਾਲੀ ਇਸੇ ਹੀ ਮਤਲਬ ਨਸ਼ੇ ਤੋਂ ਤੰਗ ਆ ਕੇ ਇਹਨੂੰ ਛੱਡ ਕੇ ਉੱਥੇ ਆਪਦੇ ਪੇਕੇ ਪਿੰਡ ਰਹਿ ਰਹੀ ਸੀ। ਕਿੰਨੇ ਬੱਚੇ ਕਿੰਨੇ ਸੀ ਇਹਦੇ? ਇੱਕ ਮੁੰਡਾ ਜੀ। ਅੱਛਾ, ਉਹੀ ਨਸ਼ੇ ਕਾਰਨ ਹੀ ਹੈ? ਇਹ ਨਸ਼ੇ ਕਾਰਨ ਹੀ ਮੌਤ ਹੋਈ ਹੈ, ਪਰ ਹੁਣ ਜ਼ਿਆਦਾ ਸੱਚਾਈ ਤਾਂ ਜਿਹੜੇ ਇਹਦੇ ਨਾਲ ਇਹਨੂੰ ਘਰੋਂ ਲੈ ਕੇ ਗਏ, ਅਸਲ ਪਤਾ ਤਾਂ ਉਹਨਾਂ ਤੋਂ ਲੱਗਣਾ ਜਦੋਂ ਪੁਲਿਸ ਉਹਨਾਂ ਤੋਂ ਬਰੀਕੀ ਨਾਲ ਜਾਂਚ ਕਰੇ। ਕੋਲੋਂ ਕੋਈ ਬਰਾਮਦ ਹੋਇਆ ਕੋਈ ਨਸ਼ਾ? ਕੋਲੋਂ ਇਹਦੇ ਕੁਛ ਨਹੀਂ, ਜੇਬ 'ਚ ਥੋੜ੍ਹੀਆਂ ਗੋਲੀਆਂ ਸੀਗੀਆਂ, ਉਹ ਹੋਰ ਕੈਸੇ ਦੀ ਗੋਲੀਆਂ ਸੀ, ਮੈਨੂੰ ਨਹੀਂ ਪਤਾ ਵੀ ਕਾਹਦੀਆਂ ਸੀ, ਪੱਤੇ ਦੇ ਵਿੱਚ ਗੋਲੀਆਂ ਸੀ ਚਿੱਟੇ ਰੰਗ ਦੀਆਂ। ਅੱਛਾ, ਪਰ ਹੋਈ ਜਾਂਦੀ ਨਸ਼ੇ ਨਾਲ ਕਰਨੀ ਹੈ ਮੌਤ? ਜਿੱਥੋਂ ਤੱਕ ਸਾਡੀ ਜੱਜਮੈਂਟ ਆ ਵੀ ਇਹ ਹੋ ਸਕਦਾ ਨਸ਼ੇ ਨਾਲ ਹੋਈ, ਬਾਕੀ ਜਿਹੜੀ ਉਹ ਸਚਾਈ ਜਿਹੜੀ ਉਹ ਵਧੀਆ ਸਾਡੇ ਨਾਲ ਦੱਸ ਸਕਦੇ ਜਿਹੜੇ ਉਹ ਨਾਲ ਲੈ ਕੇ ਗਏ ਸੀ, ਕਿਉਂਕਿ ਉਹ ਮੌਕੇ 'ਤੇ ਨਾਲ ਸੀ, ਉੱਥੋਂ ਛੱਡ ਕੇ ਉਹ ਭੱਜੇ ਆ। ਜੇ ਉਹ ਬੰਦੇ ਥੋੜ੍ਹੀ ਜਿਹੀ ਗੌਰ ਕਰਦੇ, ਇਹਦੀ ਇਹਨੂੰ ਪਾਣੀ ਟਾਈਮ ਨਾਲ ਦਿੰਦੇ, ਇਹਦੇ ਘਰ ਆ ਕੇ ਦੱਸਦੇ ਜਾਂ ਉਹਨੂੰ ਹਸਪਤਾਲ ਕਿਤੇ ਲੈ ਕੇ ਜਾਂਦੇ ਵੀ ਸ਼ਾਇਦ ਇਹ ਜਿਹੜੀ ਮੌਤ ਨਾ ਹੁੰਦੀ, ਉਹਨਾਂ ਬੰਦਿਆਂ ਦੀ ਇਹ 'ਚ ਵੱਡੀ ਸ਼ਮੂਲੀਅਤ ਹੈ, ਇਹ ਨਹੀਂ ਤਾਂ ਇਹਦਾ ਬਚ ਸਕਦਾ ਸੀ ਬੰਦਾ। ਦੇਖੋ ਜਿਹੜਾ ਡਰੱਗਸ ਦਾ ਨਾਲ ਮੌਤਾਂ ਦਾ ਜਿਹੜਾ ਸਿਲਸਿਲਾ ਪਿਛਲੇ ਲੰਬੇ ਸਮੇਂ ਤੋਂ ਉਸੇ ਤਰ੍ਹਾਂ ਜਾ ਰਹੀ ਹੈ, ਚਾਹੇ ਸਰਕਾਰ ਲੱਖ ਦਾਅਵੇ ਕਰੀ ਜਾਂਦੀ ਹੈ ਵੀ ਅਸੀਂ ਪਾਈਪਲਾਈਨ ਬ੍ਰੇਕਡਾਊਨ ਕਰਤੀ, ਅਸੀਂ ਉਹ ਕਰਤਾ, ਈਵਨ ਕਿ ਹੁਣ ਤਾਂ ਸਰਕਾਰ ਦੇ ਜਿਹੜੇ ਕੀ ਪੋਸਟ 'ਤੇ ਬੈਠੇ ਹੋਏ ਨੁਮਾਇੰਦੇ ਹੈਗੇ ਆ, ਲਾਈਕ SSP ਫਿਰੋਜ਼ਪੁਰ ਸੰਦੀਪ ਗੋਇਲ, ਉਹਨਾਂ ਨੇ ਐਡਮਿਟ ਕੀਤਾ ਕਿ ਬਲੈਕ ਸ਼ੀਪਸ, ਕਾਲੀਆਂ ਭੇਡਾਂ ਸਾਡੇ ਮਹਿਕਮੇ ਦੇ ਵਿੱਚ ਆ ਜਿਹੜੀਆਂ ਨਸ਼ਾ ਵਿਖਾਉਣਗੀਆਂ ਔਰ ਨਸ਼ੇ ਦਾ ਧੰਦਾ ਕਰੂਗਾ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਹਿਣ ਨੂੰ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਜਾਲ ਫੈਲਿਆ ਵਾ, ਇਹਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਅਧਿਕਾਰੀ ਆ ਜਿਹੜੇ ਉਹ ਵੀ ਮਿਲੇ ਹੋਏ ਆ। ਤੁਸੀਂ ਦੇਖੋ ਬਈ, ਪਿੱਛੇ ਹਜੇ 15 ਦਿਨ ਵੀ ਨਹੀਂ ਹੋਏਗੇ, ਖਖਰਾਣੇ ਦਾ ਮੁੰਡਾ ਸੀ ਇੱਕ, ਅਮਰਤਪਾਲ, 24-25 ਸਾਲ ਦੀ ਉਹਦੀ ਉਮਰ ਸੀਗੀ, 3 ਮਹੀਨੇ ਨੂੰ ਬਾਹਰੋਂ ਆਏ ਨੂੰ ਹੋਏ ਸੀ, ਉਹਦੀ ਡੈਥ ਹੋ ਗਈ ਓਵਰਡੋਜ਼ ਦੇ ਨਾਲ, ਅੰਮ੍ਰਿਤਸਰ ਰੋਡ 'ਤੇ ਡੈਡ ਬੋਡੀ ਉਹਦੀ ਮਿਲੀ ਸੀ। ਹੁਣ ਅੱਜ ਅਮਰਜੀਤ ਜਿਹੜਾ ਡਾਲੇ ਦਾ ਲੜਕਾ ਹੈਗਾ, ਉਹਦੀ ਅੱਜ ਓਵਰਡੋਜ਼ ਨਾਲ ਡੈਥ ਹੋ ਚੁੱਕੀ ਹੈ। ਇਸੇ ਤਰ੍ਹਾਂ ਪਿਛਲੇ ਸਾਲ ਦਾ ਇੱਕ ਡਾਟਾ ਆਇਆ ਕਿ ਤਕਰੀਬਨ 96 ਮੌਤਾਂ ਇੱਕ ਸਾਲ ਦੇ ਵਿੱਚ ਹੋਈਆਂ, ਤਕਰੀਬਨ 8 ਮੌਤਾਂ ਮਹੀਨੇ ਦੀਆਂ, ਮਤਲਬ ਕਿ ਹਰ ਮਹੀਨੇ ਹੋ ਰਹੀਆਂ ਹੈਗੀਆਂ। ਪੰਜਾਬ ਦੇ ਵਿੱਚ ਸਭ ਤੋਂ ਮਾੜੀ ਗੱਲ ਇਹ ਹੈਗੀ ਹੈ ਕਿ ਜਿਹੜੀ ਪਾਈਪਲਾਈਨ ਹੈ, ਚਾਹੇ ਜਿਹੜੇ ਡੀ ਐਡਿਕਸ਼ਨ ਸੈਂਟਰ ਹੈ, ਉਹ ਵੀ ਕਿਤੇ ਨਾ ਕਿਤੇ ਫੇਲ ਹੋ ਚੁੱਕੇ ਆ, ਐਡਿਕਸ਼ਨ ਸੈਂਟਰ ਬਣ ਚੁੱਕੇ ਆ, ਔਰ 10,000 ਲੜਕੀਆਂ ਪੰਜਾਬ ਦੀਆਂ ਨਸ਼ੇ ਦੀ ਗ੍ਰਿਫਤ 'ਚ ਆ ਚੁੱਕੀਆਂ। ਬਠਿੰਡੇ ਦੇ ਵਿੱਚ ਇੱਕ ਲੜਕੀ ਥੋੜ੍ਹੇ ਦਿਨ ਪਹਿਲਾਂ ਉਹ ਨਸ਼ੇ ਦੀ ਓਵਰਡੋਜ਼ ਨਾਲ ਮਰ ਚੁੱਕੀ। ਸੋ ਇਹਦੇ ਵਿੱਚ ਸਰਕਾਰ ਬਿਲਕੁਲ ਸੁਹਿਰਦ ਨਹੀਂ ਹੈਗੀ ਕਿ ਮੈਂ ਸਮਝਦਾ, ਬਿਲਕੁਲ ਲਾਪਰਵਾਹ ਹੋ ਚੁੱਕੀ ਹੈ, ਕਹਿਣ ਨੂੰ ਕੁਛ ਹੋਰ ਹੈ ਅਤੇ ਪਰ ਗਰਾਊਂਡ ਰਿਐਲਿਟੀ ਕੋਈ ਹੋਰ।